ਵਿਸ਼ਵ ਪੱਧਰ ਤੇ ਪੰਜਾਬੀ ਭਾਈਚਾਰੇ ਦੀ ਤਰਜਮਾਨੀ ਕਰਦੇ ਪੰਜਾਬੀ ਭਵਨ ਦਾ ਲੋਕਾਰਪਣ ਸਮਾਰੋਹ ਹੋਇਆ। ਇਹ ਭਵਨ ਪੰਜਾਬੀ ਭਾਈਚਾਰੇ 'ਚ ਜਾਣੀ ਪਹਿਚਾਣੀ ਸ਼ਖਸੀਅਤ ਸੁੱਖੀ ਬਾਠ ਵੱਲੋਂ ਆਪਣੇ ਪਿਤਾ ਸਰਦਾਰ ਅਰਜੁਨ ਸਿੰਘ ਬਾਠ ਨੂੰ ਸਮਰਪਿਤ ਕੀਤਾ ਗਿਆ। ਇਸ ਭਵਨ ਦਾ ਉਦਘਾਟਨ ਉਹਨਾਂ ਦੀ ਵੱਡੀ ਭੈਣ ਗਿਆਨ ਕੌਰ ਅਤੇ ਪੋਤਰੀ ਨਿਮਰਤਾ ਬਾਠ ਵੱਲੋਂ ਕੀਤਾ ਗਿਆ। ਇਸ ਸਮਾਗਮ 'ਚ ਪੰਜਾਬੀ ਭਾਈਚਾਰੇ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਅੱਜ 2 ਅਕਤੂਬਰ ਦਿਨ ਐਤਵਾਰ ਨੂੰ ਵਿਸ਼ਵ ਪੰਜਾਬੀ ਭਾਈਚਾਰੇ ਦੇ ਸਾਂਝੇਕਾਰ ਸੰਗੀਤ ਸਾਹਿਤ ਅਤੇ ਕਲਾ ਅਤੇ ਵਿਰਾਸਤ ਦੇ ਪ੍ਰਤੀਕ ਪੰਜਾਬ ਭਵਨ ਕੈਨੇਡਾ ਦਾ ਲੋਕਾਰਪਣ ਸਮਾਰੋਹ ਹੋਇਆ। ਇਹ ਭਵਨ ਪੰਜਾਬੀ ਭਾਈਚਾਰੇ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਸੁੱਖੀ ਬਾਠ ਵੱਲੋਂ ਆਪਣੇ ਪਿਤਾ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਅਤੇ ਇਸ ਦਾ ਉਦਘਾਟਨ ਉਹਨਾਂ ਦੀ ਵੱਡੀ ਭੈਣ ਗਿਆਨ ਕੌਰ ਅਤੇ ਪੋਤਰੀ ਨਮ੍ਰਤਾ ਬਾਠ ਵੱਲੋਂ ਕੀਤਾ ਗਿਆ। ਸੁਪਨਾ ਜਿਹੜਾ ਸੁੱਖੀ ਬਾਠ ਨਾਲ ਸੰਜੋਇਆ ਸੀ, ਅਸੀਂ ਵੀ ਦੇਖਿਆ ਉਹ ਸੁਪਨਾ ਸਾਰਿਆਂ, ਉਹ ਸੁਪਨਾ ਤਾਮੀਰ ਹੋਣ ਜਾ ਰਿਹਾ, ਅੱਜ ਉਦਘਾਟਨ ਹੋਣ ਜਾ ਰਿਹਾ ਅਤੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਹਲਦਰ ਅਜ਼ੀਜ਼ ਸੁੱਖੀ ਬਾਠ ਜੀ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਨਾਲ ਕੁਛ ਸ਼ਬਦ ਸਾਂਝੇ ਕਰਨ। ਆਪਾਂ ਚਾਹੇ ਸਾਰੇ ਮਹਿਮਾਨਾਂ ਨੂੰ ਮੇਰੇ ਵੱਲੋਂ ਬੜੀ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ। ਦੋਸਤੋ, ਵੈਸੇ ਸੁਪਨਾ ਲੈਣਾ ਕੋਈ ਗੁਨਾਹ ਨਹੀਂ ਅਤੇ ਸੁਪਨੇ ਸਾਨੂੰ ਲੈਂਦੇ ਹੀ ਰਹਿਣਾ ਚਾਹੀਦਾ। ਮੇਰੀ ਕਿਸੇ ਪਾਰਟੀ ਨਾਲ, ਕਿਸੇ ਧੜੇ ਨਾਲ, ਕਿਸੇ ਧਰਮ ਨਾਲ, ਕਿਸੇ ਰੰਗ ਨਾਲ ਕਿਸੇ ਨਾਲ ਕਦੀ ਮੇਰੀ ਵੈਸੇ ਵਿਗੜੀ ਨਹੀਂ ਅਤੇ ਮੈਨੂੰ ਇੱਦਾਂ ਹੀ ਰੱਖਿਓ ਜਿੱਦੇ ਵੀ ਤੁਸੀਂ ਇਹ ਸੁਸਾਇਟੀ 'ਚ ਵਿਚਰਦੇ ਹੋ। ਕਦੀ ਇਸ ਮਨ 'ਚ ਨਾ ਲਿਆਓ ਵੀ ਮੈਂ ਕਿਹੜੀ ਸੰਸਥਾ ਨਾਲ ਜੁੜਿਆ ਜਾਂ ਮੈਂ ਕਿਹੜੇ ਗੁਰਦੁਆਰੇ ਜਾਂਦਾ ਜਾਂ ਲੋਕ ਇਸ ਰੂਪ 'ਚ, ਜਿਵੇਂ ਵਰਲਡ ਟ੍ਰੇਡ ਸੈਂਟਰ ਦਾ ਨਾਂ ਸੀ, ਅਸੀਂ ਇਸ ਰੂਪ 'ਚ ਚਿਤਵਦੇ ਹਾਂ ਇਸ ਨੂੰ ਕਿ ਵਰਲਡ ਪੰਜਾਬੀ ਸੈਂਟਰ ਦੇ ਰੂਪ 'ਚ ਇਹ ਜਗ੍ਹਾ ਇਹ ਸਾਹਮਣੇ ਆਏਗੀ ਅਤੇ ਇਹਦੇ ਵਿੱਚ ਸਭ ਦਾ ਯੋਗਦਾਨ ਚਾਹੀਦਾ। ਸੋ ਇੱਕ ਐਸੀ ਵੈਬਸਾਈਟ ਬਣਾਈ ਅਸੀਂ ਕਿ ਕਾਫੀ ਸਿੰਪਲ ਆ, ਈਜ਼ੀ ਟੂ ਅੰਡਰਸਟੈਂਡ। ਸਾਡੀ ਮਿਸ਼ਨ ਸਟੇਟਮੈਂਟ ਵੀ ਇੱਥੇ ਹੈਗੀ ਆ, ਜਿਹੜੀ ਅੰਗਰੇਜ਼ੀ ਅਸੀਂ ਕਹਿੰਦੇ ਹਾਂ, ਇੰਪਾਵਰਿੰਗ ਗਰੋਥ ਥਰੂ ਕਾਈਂਡਨੈਸ, ਨਾਟ ਚੈਰਿਟੀ, ਨਾਟ ਨੋਨ ਪ੍ਰੋਫਿਟ, ਨਾਟ ਦਿਸ ਐਂਡ ਦੈਟ। ਸਿਰਫ ਪੰਜਾਬੀ ਕਲਚਰ ਹੀ ਨਹੀਂ, ਮਲਟੀਕਲਚਰਲ। ਸੋ ਸਾਡੀ ਆਨਲਾਈਨ ਲਾਇਬ੍ਰੇਰੀ 'ਚ ਉਰਦੂ ਡਾਕੂਮੈਂਟਸ, ਹਿੰਦੀ ਡਾਕੂਮੈਂਟਸ, ਅੰਗਰੇਜ਼ੀ 'ਚ, ਚਾਈਨੀਜ਼, ਜਿਹੜੇ ਮਰਜ਼ੀ ਮਲਟੀਕਲਚਰਲ ਇਵੈਂਟਸ ਹੋਣੀਆਂ ਇਸ ਮਹਾਨ ਵੈਨਿਊ 'ਚ। ਇੱਥੇ ਆ ਤੁਸੀਂ ਸ਼ੀਓ ਕਿਸੇ ਲੋਕ ਜਾਣਾ ਜਾ ਕੇ।